ਵੈਲਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਨਾਬ, ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਜਨਾਬ ਅੱਜ ਵੀ ਮੈਂ ਲੈ ਕੇ ਆਇਆ ਜਿਹੜਾ ਕਿ ਮੇਰੇ ਖੱਬੇ ਪਾਸੇ ਇੱਕ ਗਾਂ ਖੜੋਤੀ ਹੈ ਜਨਾਬ। ਇਹ ਸਾਹੀਵਾਲ ਕ੍ਰਾਸ 'ਚ ਗਾਂ ਹੈ। ਕੈਮਰਾਮੈਨ ਸਾਹਿਬ, ਇਸ ਗਾਂ ਦੀ ਤਸੱਲੀ ਕਰਾਓ। ਉਸ ਤੋਂ ਬਾਅਦ ਜਨਾਬ ਮੈਂ ਪੁੱਛ ਲਾਂਗਾ ਚਾਚੇ ਕੋਲੋਂ ਵੀ ਇਸ ਗਾਂ ਦਾ ਜਨਾਬ ਕੀ ਹਿਸਾਬ ਕਿਤਾਬ ਹੈ, ਕੀ ਨਹੀਂ, ਅਤੇ ਇਹ ਤੁਸੀਂ ਵੇਖ ਰਹੇ ਹੋ। ਅਤੇ ਬਾਕੀ ਜਨਾਬ ਮੈਂ ਤੁਹਾਡੇ ਵਾਸਤੇ ਜਨਾਬ ਸਫ਼ਰ ਕਰਕੇ ਲੈ ਕੇ ਵੀਡੀਓ ਆਉਂਦਾ ਨਾ, ਐਵੇਂ ਨਹੀਂ ਮੈਂ ਪਾਉਂਦਾ ਹੁੰਦਾ ਵੀ ਜਾ ਕੇ ਉਧਰੋਂ ਉਧਰੋਂ ਪਾ ਕੇ ਅਤੇ ਬੇਲੀਆਂ ਸਜਣਾ ਦੀਆਂ ਵਾਲਿਆਂ 'ਚ ਖੜੋਤੀਆਂ ਪਾਈਆਂ ਅਤੇ ਪਹਿਲਾਂ ਕੀਤਾ ਕੰਮ ਨੂੰ ਅਤੇ ਆਖਿਆ ਲਓ ਜੀ ਮੈਂ ਨੀਲੀ 'ਚ ਗਿਆ ਚਲਾ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ ਸਾਹੀਵਾਲ ਕ੍ਰਾਸ 'ਚ ਗਾਂ ਜਨਾਬ। ਬਾਕੀ ਇਹਦਾ ਕੀ ਹਿਸਾਬ ਕਿਤਾਬ ਹੈ ਉਹ ਆਪਾਂ ਚਾਚੇ ਨੂੰ ਪੁੱਛ ਲਾਂਗੇ। ਚਾਚਾ ਮੇਰੇ ਨਾਲ ਹੀ ਖੜੋਤਾ ਹੈ ਅਤੇ ਕੈਮਰਾਮੈਨ ਸਾਹਿਬ ਤੁਸੀਂ ਉਸ ਗਾਂ ਨੂੰ ਵਿਖਾਓ ਅਤੇ ਮੈਂ ਚਾਚੇ ਨਾਲ ਕਰ ਲੈਣਾ ਜਨਾਬ ਇਸ ਗਾਂ ਦੀ ਗੱਲ ਵੀ ਇਹਦਾ ਜਨਾਬ ਸਾਨੂੰ ਕਲੀਅਰ ਕੱਟ ਦੱਸਣਾ ਜੇ। ਅਤੇ ਚਾਚਾ ਜੀ ਤੁਸੀਂ ਇੱਥੇ ਆ ਜਾਓ ਜਨਾਬ ਅਤੇ ਮੈਨੂੰ ਇਸ ਗਾਂ ਦਾ ਜਿਹੜਾ ਕੱਲੀ ਕੱਲੀ ਗੱਲ ਹੈ ਉਹ ਜਨਾਬ ਤੁਸੀਂ ਦੱਸਣੀ ਹੈ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਬੇਟੇ। ਅੱਛਾ ਚਾਚਾ, ਸਭ ਤੋਂ ਪਹਿਲਾਂ ਨਾਂ ਦੱਸਣਾ ਜੀ। ਹਾਂਜੀ, ਮੁਹੰਮਦ ਇਕਬਾਲ ਜੱਟ ਜੀ। ਅੱਛਾ ਚਾਚਾ ਜੀ, ਤੁਹਾਡੀ ਗਾਂ ਮੈਂ ਵਿਖਾਈ ਹੈ ਜਨਾਬ, ਇਹ ਮੈਨੂੰ ਤੁਸੀਂ ਦੱਸਣਾ ਹੈ ਵੀ ਇਹ ਸੂਵਣ ਵਾਲੀ ਹੈ ਕਿ ਸੂਈ ਹੋਈ ਹੈ? ਨਹੀਂ, ਸੂਣ ਵਾਲੀ ਹੈ ਪੁੱਤਰ, ਲੇਕਿਨ ਬਿਲਕੁਲ ਕਰੀਬ ਹੈ। ਕਿੰਨੇ ਦਿਨ ਲੈ ਜਾਏਗੀ ਇਹ? 12-14 ਦਿਨ, 15 ਦਿਨ ਲਾਸਟ। ਅੱਛਾ, ਘਰ ਦੀ ਹੈ ਜਾਂ ਮੁੱਲ ਲਿਆਂਦੀ ਖਰੀਦ ਕੇ ਕਿਸੋਂ? ਨਹੀਂ, ਘਰ ਦੀ ਸੀ ਜੀ। ਅਤੇ ਪਹਿਲਾਂ ਸੂਏ ਦਾ ਬੱਚਾ ਵੀ, ਬਛੜਾ ਵੀ ਇਸਦਾ ਖੜਾ ਹੈ। ਇਹਦਾ ਬੱਚਾ? ਇਹਦਾ ਬੱਚਾ ਜੀ। ਆਹ ਕੈਮਰਾਮੈਨ ਸਾਹਿਬ, ਇਸ ਗਾਂ ਦਾ ਬੱਚਾ ਵਿਖਾਓ ਜੀ। ਇਹ ਜਨਾਬ ਪਹਿਲੇ ਸੂਏ ਦਾ ਬੱਚਾ ਹੈ ਅਤੇ ਹੁਣ ਇਹ ਦੂਸਰਾ ਸੂਆ ਸੂਏਗੀ। ਅਤੇ ਇਹ ਚਾਚਾ ਜੀ ਫਿਰ ਆਪਣਾ ਪਹਿਲੇ ਸੂਏ ਕਿੰਨਾ ਦੋ ਦਿਨ ਦੇ ਰੁਚਾਉਂਦੇ ਰਹੇ ਜੀ? 14-15 ਅੱਗੇ ਜਿੰਨਾ ਵੀ ਗੁੜ ਪਾਈਏ ਉਨਾ ਹੀ ਮਿੱਠਾ ਹੈ ਜੀ, ਲੇਕਿਨ 14-15 ਤਾਂ ਫਾਈਨਲ ਹੈ। ਬੱਚੇ ਨੂੰ ਛੱਡ ਕੇ ਚੋਂਦੇ ਰਹੇ? ਹਾਂਜੀ, ਬੱਚੇ ਨੂੰ ਰਜਾ ਕੇ ਜੀ। ਠੀਕ ਹੋ ਗਿਆ। ਅਤੇ ਹੁਣ ਇਹ ਯਾਨੀ ਕਿ ਦੂਸਰਾ ਸੂਆ ਸੂਏਗੀ, 15 ਦਿਨ ਲੈਂਦੀ ਪਈਏ, ਹੁਣ ਇਹਦੇ ਸਾਨੂੰ ਤੁਸੀਂ ਫਾਈਨਲ ਪੈਸੇ ਦੱਸਣੇ ਨੇ। ਫਾਈਨਲ ਪੈਸੇ ਬੇਟੇ 1.60 ਹੈ। 1.60 ਦੇ ਵਿੱਚ ਕੋਈ ਪਿਆਰ ਮੁਹੱਬਤ? ਉਹ ਜਦੋਂ ਤੁਸੀਂ ਬੇਟੇ ਆਓਗੇ ਕੋਈ ਤਾਂ ਫਿਰ ਨਸੀਬ ਇਹਤਰਾਮ ਕਰਾਂਗਾ। ਅੱਛਾ ਚਾਚਾ, ਇਹਦੀ ਥਣ ਦੀ ਯਾਨੀ ਕਿ ਗਰੰਟੀ ਗਰੁੰਟੀ ਕੋਈ? ਔਰ ਦੁੱਧ ਦੀ 101% ਗਰੰਟੀ ਬੇਟੇ। ਦੰਦਾਂ 'ਚ ਪੂਰੀ ਹੈ? ਸਾਹਮਣੇ ਤੁਹਾਡੇ ਬਿਲਕੁਲ ਸੋਨਾ। ਠੀਕ ਹੋ ਗਿਆ ਜੀ। ਆਹ ਆਪਣਾ ਭਾਈ ਆ ਮਾੜਾ ਜਿਹਾ, ਦੰਦ ਵਿਖਾਵੀ ਜ਼ਰਾ ਕਰਿਓ ਨਾ ਹੋਵੇ ਵੀ ਮੈਂ ਬਾਅਦ 'ਚ ਪਾਵਣ ਆਵਾਂ ਤਾਂ ਇੱਕ ਮੂੰਹ 'ਚ ਦੰਦ ਹੀ ਨਾ ਹੋਵੇ ਅਤੇ ਮੇਰੇ ਬੇਲੀ ਆਖਣ ਵੀ ਜਨਾਬ ਇਹਦਾ ਤੁਸੀਂ। ਅਤੇ ਹਾਂਜੀ ਵੀ ਮਾਈ ਸਾਹਿਬ ਆ ਗਈ ਹੈ ਅਤੇ ਗਾਂ ਨਹੀਂ ਆਈ ਅਤੇ ਮਾਈ ਸਾਹਿਬ ਆ ਗਈ ਹੈ ਅਤੇ ਆਹ ਜ਼ਰਾ ਵਿਖਾਓ ਜੀ ਕੈਮਰਾਮੈਨ ਸਾਹਿਬ। ਬਹਰਹਾਲ ਚਾਚੇ ਨੇ ਕਿਹਾ ਜਨਾਬ ਮੇਰੀ ਹਰ ਚੀਜ਼ ਦੀ ਗਰੰਟੀ ਹੈ ਅਤੇ ਆਪਾਂ ਜਿਹੜਾ ਬਾਅਦ ਵਿੱਚ ਵੀ ਚੈੱਕ ਕਰ ਲਾਂਗੇ। ਅਤੇ ਦੂਜਾ ਹੈ ਜਨਾਬ, ਹੁਣ ਸੂਆ ਸੂਏਗੀ, 15 ਦਿਨ ਲੈਂਦੀ ਹੈ, 1,60,000 ਰੁਪਈਆ ਦਾ ਮੁੱਲ ਹੈ। ਬਾਕੀ ਪਿਆਰ ਮੁਹੱਬਤ ਚਾਚੇ ਨੇ ਕਿਹਾ ਮੈਂ ਕਰਾਂਗਾ ਜਨਾਬ। ਅਤੇ ਇਹ ਉਹਨਾਂ ਦੀ ਘਰ ਦੀ ਗਾਂ ਹੈ ਜਨਾਬ। ਅਤੇ ਨੰਬਰ ਜਨਾਬ 0372-92-0300-7297-2728 ਹੈ ਜਨਾਬ, ਵਟਸਐਪ ਅਤੇ ਈਮੋ ਦਾ ਨੰਬਰ ਹੈ। ਇਸ ਨੰਬਰ 'ਤੇ ਜਨਾਬ ਤੁਸੀਂ ਕਰਨੀ ਹੈ ਕਾਲ ਅਤੇ ਇਹ ਗਾਂ ਜਨਾਬ ਮੈਂ ਰੋਕ ਲਾਂਗਾ। ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਦੇ ਬਟਨ 'ਤੇ ਮਾਰੋ ਹੱਥ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਜਨਾਬ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਨੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।